ਵਿੱਕੀ ਉਰਿਆ ਆਲੇ ਲੱਗਦਾ ਨਾ ਪਤਾ ਕਿ ਕੋਟਿੰਗ ਕੀਤੀ ਹੋਵੇ। ਆਪਾਂ ਕਹਿੰਦੇ ਹਾਂ ਵੀਰੇ ਜਿਹਨੇ ਵੀ ਕੰਪਾਊਂਡ ਕਰਾਉਣੀ ਆ ਨਾ ਵਧੀਆ ਕਰਾਓ, 1500 ਪਿੱਛੇ ਤੁਸੀਂ ਆਪਦੀ ਮਹਿੰਗੀਆਂ ਗੱਡੀਆਂ ਦਾ ਨੁਕਸਾਨ ਨਾ ਕਰੋ। ਇਹਦਾ 15000 ਦਾ ਪੈਕੇਜ ਹੈ, ਸਾਰੀ ਗੱਡੀ ਆਪਾਂ ਰੈਡੀ ਕੀਤੀ ਆ, ਇੰਜਨ ਅੰਡਰ ਬਾਡੀ ਚਾਸੀ ਵਗੈਰਾ ਸਾਰੀ ਕਲੀਨ ਆ, ਅੰਦਰੋਂ ਡਰਾਈ ਕਲੀਨ ਕੀਤੀ ਆ, ਪਲੱਸ ਮੈਨੂੰ ਇਹਨਾਂ ਦੀ ਕਾਲ ਆ ਗਈ ਸੀ ਵੀ ਆਪਾਂ ਡੈਂਪਿੰਗ ਵੀ ਕਰਨੀ ਆ, ਵਿੰਡੋਜ਼ ਹੈਵੀ ਹੋ ਜਾਂਦੀ। ਹੁਣ ਆਹ ਚੀਜ਼ ਦੇਖੋ, ਵਾਇਸ ਹੁੰਦੀ ਆ, ਹਾਂ ਆਹ ਤਾਂ ਬੰਦ ਹੋ ਗਿਆ ਜਮਾਂ ਹੀ, ਸਮਾਂ ਬੰਦ ਹੋ ਗਿਆ। ਔਰ ਵਿੰਡੋ ਦੇਖੋ ਕਿੰਨੀ ਹੈਵੀ ਆ, ਇਹਦੇ ਵੀਰੇ ਦੇ ਇਹਦੇ ਕਿੰਨਾ ਖਰਚ ਆਇਆ ਹੋਊਗਾ ਫਿਰ? ਆਹ ਜਿਹੜੀ ਡੈਂਪਿੰਗ ਦੀ ਇਹਦੇ ਸ਼ੀਟ ਜਿਹੜੀ ਲਾਈ ਆ ਆਪਾਂ 600 ਵਾਲੀ ਲਾਈ ਆ, 700 ਤੋਂ ਇੱਕ ਸ਼ੀਟ ਲੱਗਦੀ, ਇੱਕ ਵਿੰਡੋ 'ਤੇ ਦੋ ਲੱਗ ਜਾਂਦੀਆਂ, 1400 ਰੁਪਇਆ ਇੱਕ ਵਿੰਡੋ 'ਤੇ ਲੱਗ ਗਿਆ। ਕਿਸੇ ਨੇ ਬੁਲਟ ਆਪਦਾ ਕਰਾਉਣਾ ਸੈਰੇਮਿਕ ਕੋਟਿੰਗ, ਬਣੀ ਬੁਲਟ ਕਿੰਨੇ 'ਚ ਹੁੰਦਾ ਹੋਊਗਾ? ਬੁਲਟ 4500-5000। ਜਿਹੜੇ ਭਰਾ ਬੁਲਟਾਂ ਦੇ ਸ਼ੌਂਕੀ ਆ, ਜਿਹਨਾਂ ਨੂੰ ਐਂ ਆ ਯਾਰ ਬਾਹਰ ਬੈਠੇ ਆ ਬੁਲਟ ਨਹੀਂ ਲੱਭਦਾ, ਮੈਂ ਇੰਡੀਆ ਆ ਕੇ ਬੁਲਟ ਚਲਾਉਣਾ ਆ, ਪੁੱਠੇ ਗਿਰਨ ਵਾਲਾ ਲੱਭਦਾ ਨਹੀਂ ਪਿਆ, ਲੱਭ ਕੇ ਤਿਆਰ ਕਰਾ ਕੇ ਦੇਣ ਦੀ ਜ਼ਿੰਮੇਵਾਰੀ ਬਣੀ ਦੀ, ਰੰਗ ਕਰਕੇ ਸਾਰਾ ਨਿਕਲ ਨੁਕਲ ਜੋ ਹੈਗਾ ਬਫਿੰਗ ਬੁਫਿੰਗ ਕਰਕੇ, ਇੰਜਣ A to Z ਕਰਕੇ, ਸਰੈਮਿਕ ਕੋਟਿੰਗ ਕਰਕੇ, ਰੰਗ ਰੁੰਗ ਕਰਕੇ, ਮਤਲਬ ਕੰਪਲੀਟ A to Z, ਇਕੱਲੀ ਇਕੱਲਾ ਇਕੱਲਾ ਨਟ ਇਕੱਲੀ ਇਕੱਲੀ ਵਾਸ਼ਰ। ਅਤੇ ਲਓ ਜੀ ਮਿੱਤਰੋ, ਗੱਲਬਾਤ ਇੱਦਾਂ, ਇਹ ਸਜੂਕੀ ਦੀਆਂ ਗੱਡੀਆਂ ਦਾ ਨਾ ਚਲੋ ਸਾਰਿਆਂ ਨੂੰ ਲਾਂਭਾ ਰਹਿੰਦਾ ਹੁੰਦਾ ਯਾਰ, ਇੱਕ ਤਾਂ ਇਹ ਕਮਜ਼ੋਰ ਵਾਲੀਆਂ, ਦੂਜਾ ਸਾਰਿਆਂ ਨੂੰ ਲਾਂਭਾ ਇਹ ਹੁੰਦਾ ਯਾਰ ਹਲਕੀਆਂ ਵਾਲੀਆਂ, ਹੈ ਨਾ, ਟਾਕੀਆਂ ਤੁੱਕੀਆਂ ਯਾਰ ਭਾਰੀਆਂ ਨਹੀਂ ਹੈਗੀਆਂ ਜਿੱਦਾਂ ਟਾਟਾ ਦੀਆਂ ਕਾਰਾਂ ਦੀਆਂ ਜਾਂ ਟੋਇਟਾ ਦੀਆਂ ਕਾਰਾਂ ਦੀਆਂ ਹੈਗੀਆਂ। ਅਤੇ ਇੱਦਾਂ ਦੇ ਕੰਮ ਜਿਹੜੇ ਆ ਲੋਟ ਜਿਹੜੇ ਬੰਦਾ ਕਰਦਾ ਉਹ ਹੈਗਾ ਸਾਡਾ ਬਣੀ ਬਾਕੇ ਪੁਰਾਣੇ 'ਚ ਹੈ। ਤਾਂ ਅੱਜ ਗੱਡੀ ਆਈ ਆ ਸਿਆਜ਼ ਬਣੀ, ਉਹ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਲਾਮ ਵਾਲੇਕੁਮ ਸਾਰਿਆਂ ਨੂੰ ਘਰ ਦੇ ਇੱਕ ਵਾਰੀ ਹੈ ਇਕੱਠਾ ਹੀ। ਤਾਂ ਬਣੀ ਗੱਡੀ ਹੈਗੀ ਆ ਸਿਆਜ਼, ਹਾਂਜੀ ਸਜੂਕੀ ਦੀ, ਸਜੂਕੀ ਦੀ, ਹਾਂ ਜਿਹਦਾ ਸਭ ਤੋਂ ਮਾੜਾ ਲੋਹਾ, ਨਹੀਂ ਲੋਹਾ ਤਾਂ ਮਾੜਾ ਪਰ ਇੰਜਣ ਇਹਨਾਂ ਕਾਰਾਂ ਦੇ ਸਭ ਤੋਂ ਵਧੀਆ, ਇੰਜਣ ਵੀ ਬਹੁਤ ਬੈਸਟ ਆ, AC ਵੀ ਸਭ ਤੋਂ ਬੈਸਟ ਆ ਗੱਡੀ ਦਾ। ਤੇ ਇਹ ਗੱਡੀ ਦਾ ਕੰਮ ਕੀ ਕੀਤਾ ਫਿਰ ਬਣੀ ਸਿਆ ਹੈ? ਇਹ ਆਪਾਂ ਪਹਿਲਾਂ ਤਾਂ ਤੁਸੀਂ ਗੱਡੀ ਦੀ ਬਾਹਰੋਂ ਹਾਲਤ ਚੈੱਕ ਕਰੋ ਕਿਵੇਂ ਆ। ਬਾਹਰੋਂ ਤਾਂ ਮੇਨ ਜਿਹੜੇ ਕੰਮ ਵਾਸਤੇ ਆਪਣੇ ਕੋਲ ਆਈ ਸੀ ਸੈਰਾਮਿਕ ਵਾਸਤੇ, ਸੈਰਾਮਿਕ ਵਾਲਾ ਕੰਮ ਤਾਂ ਸਿਰਾ ਲੱਗ ਗਿਆ, ਜਿਵੇਂ ਆਪ ਵਿੱਕੀ ਉਰਿਆ ਆਲੇ ਲੱਗਦਾ ਨਾ ਪਤਾ ਕਿ ਕੋਟਿੰਗ ਕੀਤੀ ਹੋਵੇ। ਅਤੇ ਗੱਡੀ ਵੈਸੇ ਹੈ ਕਿਹੜਾ ਮਾਡਲ ਹੋਊਗਾ ਹਿਸਾਬ ਕਿਤਾਬ ਚੇਤੇ ਆ? ਯਾਰ ਖਾਓ ਕੀ ਮੰਨ ਕੇ ਚਲੋ 14 ਕਿੰਨਾ ਲਿਖਿਆ ਇੱਥੇ ਆਪਣੇ ਤਾਂ ਬੱਸੋਂ ਬਾਹਰ ਹੀ ਹੋਊਗੀ, 14-15 ਕੁ ਮਾਡਲ ਹੋਊ, ਮੇ ਬੀ ਇੰਨਾ ਕੁ ਹੋਵੇ ਸ਼ਾਇਦ ਮਾਡਲ, ਹਾਂ 15 ਇਹ ਹੈਗੀ ਆ 15 ਮਾਡਲ, 15 ਮਾਡਲ ਹੋਊ ਸ਼ਾਇਦ ਇਹ, ਜਾਂ RC ਕੱਢ ਕੇ ਦੇਖ ਲਾਂਗੇ ਯਾਰ, ਹੁਣ ਇੰਨੀ ਸਾਨੂੰ ਨਹੀਂ ਨੌਲੇਜ ਹੈਗੀ, ਤਾਂ ਚਲੋ ਛੱਡੋ ਵੀ ਕੋਈ ਗੱਲ ਨਹੀਂ। ਪਰ ਇਹ ਜਿਹੜੀ ਗੱਡੀ ਆ, ਹਾਂਜੀ ਇਹਨੂੰ ਕੀਤਾ ਕੀ ਕੀ ਆ? ਕੱਲੀ ਕੋਟਿੰਗ ਕੀਤੀ ਆ? ਇਹ ਆਪਾਂ ਸੈਰਾਮਿਕ ਕੋਟਿੰਗ ਕੀਤੀ ਆ, ਇਹਦਾ ਪੇਂਟ ਇੰਨਾ ਕੁ ਜ਼ਿਆਦਾ ਮਾੜਾ ਨਾ ਵੀਰੇ, ਰੰਗ ਹੋਈ ਉਹ ਗੱਡੀ ਰੰਗ ਹੋਈ ਵੀ ਆ, ਹਾਂ ਰੰਗ ਹੋਈ ਵੀ ਆ, ਰੰਗ ਹੋਣ ਤੋਂ ਬਾਅਦ ਇਹ ਗਾਹਕ ਨੂੰ ਪਤਾ, ਹੁਣ ਇਸ ਚੀਜ਼ ਦਾ ਤਾਂ ਆਪਾਂ ਨੂੰ ਪਤਾ ਨਹੀਂ ਕਸਟਮਰ ਨੂੰ ਇਹ ਪਤਾ ਜਾਂ ਨਹੀਂ। ਆਹ ਦੇਖੋ ਮੈਂ ਤੁਹਾਨੂੰ ਦੱਸਦਾ ਇਹਦੇ 'ਤੇ ਪੇਂਟ ਦੀ ਲੇਅਰ ਤੱਕ ਹੈ ਨਹੀਂ, ਹੁਣ ਆਪਾਂ ਇੱਥੋਂ ਪਤਾ ਲੱਗਦਾ ਇੱਥੋਂ ਪਤਾ ਲੱਗ ਰਿਹਾ ਰੰਗ ਜਦੋਂ ਮਸ਼ੀਨ ਫੇਰੀ ਆ, ਹਾਂ ਤਾਂ ਰੰਗ ਗੱਡੀ ਦਾ ਨਿਕਲ ਗਿਆ, ਨਹੀਂ ਆਪਣੇ ਤੋਂ ਨਹੀਂ, ਇਹ ਪਹਿਲਾਂ ਹੀ ਕੰਪਾਊਂਡ ਹੋਈ ਵੀ ਆ, ਜ਼ਿਆਦਾ ਕੰਪਾਊਂਡ ਹੋਈ, ਹਾਂ ਜ਼ਿਆਦਾ ਕੰਪਾਊਂਡ ਹੋਈ। ਕੰਪਾਊਂਡ ਦਾ ਮਤਲਬ ਕੀ ਹੁੰਦਾ ਕਿ ਇੱਕ ਹੁੰਦਾ ਕੰਪਾਊਂਡਿੰਗ ਦੀ ਵੀ ਕੋਈ ਨਾ ਲਾਈਫ ਹੁੰਦੀ ਆ, ਮਤਲਬ ਕਿ ਤੁਸੀਂ ਗੱਡੀ ਨੂੰ ਵੱਧ ਤੋਂ ਵੱਧ ਇੱਕ ਵਾਰੀ ਕਰ ਸਕਦੇ ਹਾਂ, ਦੋ ਵਾਰੀ ਕਰ ਸਕਦੇ ਹਾਂ, ਉਹ ਇੱਕ ਵੇ ਹੁੰਦਾ ਵੀ ਕਿਹੜੇ ਹਿਸਾਬ ਨਾਲ ਆਪਾਂ ਮਸ਼ੀਨ ਚਲਾਉਣੀ ਆ, ਤਾਂ ਉਹ ਘੱਟ ਰੰਗ ਲਾਊਗੀ, ਮਾੜੀ ਕੰਪਾਊਂਡ ਆ ਤਾਂ ਰੰਗ ਵੱਢੂਗੀ, ਵੈਕਸ ਵੱਢਦੀ ਵੀ ਨਹੀਂ ਲਾਉਂਦੀ ਵੀ ਨਹੀਂ, ਵੈਕਸ ਨੇ ਕਲੀਅਰ ਕੋਟ ਹੀ ਕਲੀਨ ਕਰਨਾ ਜਿਹੜੀ ਕਿ ਕੋਟਿੰਗ ਵੇਲੇ ਅਪਲਾਈ ਇਹਨੂੰ ਰੰਗ ਹੋਇਆ ਰੰਗ ਲੱਗਦਾ ਹੋਇਆਗਾ। ਅੱਛਾ ਚੱਲ ਇਹਨੂੰ ਕੋਟਿੰਗ ਤਾਂ ਕਰਤੀ, ਹਾਂਜੀ ਜੇ ਮੰਨ ਲਿਆ ਇਹਨੂੰ ਮਾੜਾ ਰੰਗ ਹੀ ਹੋਇਆ ਹੁੰਦਾ, ਕੋਟਿੰਗ ਦਾ ਮਾੜੇ ਰੰਗ ਨੂੰ ਫਾਇਦਾ? ਕੋਟਿੰਗ ਨਹੀਂ ਖੜਨੀ ਸੀ,
ਰੰਗ ਵਧੀਆ, ਹਾਂ ਰੰਗ ਵਧੀਆ, ਪਰ ਜਿਹਨੇ ਕੰਪਾਊਂਡ ਕੀਤੀ ਆ ਗੱਡੀ ਪਹਿਲਾਂ ਹੀ, ਅੱਛਾ ਉਹ ਬੰਦਾ ਨਹੀਂ ਵਧੀਆ ਸੀਗਾ, ਆਪਾਂ ਨੂੰ ਨਹੀਂ ਪਤਾ ਕਿਸ ਤੋਂ ਕਰਵਾਈ ਆ। ਆਹ ਦੇਖੋ ਇੱਥੋਂ ਰੰਗ ਲੱਥਿਆ ਪਿਆ, ਆਹ ਕੰਨੀ ਤੋਂ ਰੰਗ ਚੱਕਿਆ ਪਿਆ, ਇੱਥੋਂ ਵਾਲਾ ਘਸਾਇਆ ਪਿਆ, ਆਹ ਸਾਰੀ ਹੀ ਲੇਅਰ ਚੱਕੀ ਹੋਈ ਆ। ਇਹ ਕਰਾ ਕੇ ਦੇ ਵੀਰੇ ਨੂੰ ਲੋਟ, ਹਾਂ ਹੈ ਨਾ, ਇਹ ਵੀਰੇ ਨੂੰ ਕਰਾ ਕੇ। ਹਾਂ ਆਪਾਂ ਕਹਿੰਦੇ ਹਾਂ ਵੀਰੇ ਜਿਹਨੇ ਵੀ ਕੰਪਾਊਂਡ ਕਰਾਉਣੀ ਆ ਨਾ ਵਧੀਆ ਕਰਾਓ, 1500 ਪਿੱਛੇ ਤੁਸੀਂ ਆਪਦੀ ਮਹਿੰਗੀਆਂ ਗੱਡੀਆਂ ਦਾ ਨੁਕਸਾਨ ਨਾ ਕਰੋ। ਗੱਡੀ ਤਾਂ ਯਾਰ ਬਹੁਤ ਵਧੀਆ ਆ, ਹਾਂ ਗੱਡੀ ਵੀਰੇ ਯਾਰ ਚੱਲਣ 'ਚ ਬਹੁਤ ਸਵਾਦ ਆਉਂਦਾ। ਤਾਂ ਗੱਲ ਐਂ ਆ, ਇੱਕ ਤਾਂ ਚੱਲ ਨੂੰ ਕਰਤੀ ਕੋਟ ਨਹੀਂ, ਹਾਂਜੀ ਹੁਣ ਇਹ ਖੜਨੀ ਕਿੰਨੇ ਸਾਲ ਆ ਇੱਥੇ? ਇਹ 2 ਸਾਲ ਵਾਲੀ ਕੀਤੀ ਆਪਾਂ, 2 ਸਾਲ, ਹਾਂਜੀ। ਗੱਡੀ ਵੀ ਬ੍ਰਾਂਡ ਯਾਰ, ਕੀ ਆ ਡਬਲ ਕੋਟ ਆ ਤੇ ਪੈਸੇ ਪੈਸੇ ਕਿੰਨੇ ਲਏ ਫਿਰ ਇਹ ਘਰ ਦੇ? ਇਹਦਾ 15,000 ਦਾ ਪੈਕੇਜ ਆ, ਸਾਰੀ ਗੱਡੀ ਆਪਾਂ ਰੈਡੀ ਕੀਤੀ ਆ, ਇੰਜਨ ਅੰਡਰ ਬਾਡੀ ਚਾਸੀ ਵਗੈਰਾ ਸਾਰੀ ਕਲੀਨ ਆ, ਅੰਦਰੋਂ ਡਰਾਈ ਕਲੀਨ ਕੀਤੀ ਆ, ਪਲੱਸ ਮੈਨੂੰ ਇਹਨਾਂ ਦੀ ਕਾਲ ਆ ਗਈ ਸੀ ਵੀ ਆਪਾਂ ਡੈਂਪਿੰਗ ਵੀ ਕਰਨੀ ਆ ਹੁਣ ਜਿੱਦਾਂ ਆ ਸ਼ੀਟਾਂ ਜਾਂ ਡੈਂਪਿੰਗ ਵਾਲੀਆਂ, ਹਾਂ ਆ ਸ਼ੀਟ ਲੱਗ ਰਹੀ ਆ। ਵੈਸੇ ਬਣੀ ਇਹ ਸ਼ੀਟਾਂ ਜੀਆਂ ਲਾਉਣ ਦਾ ਫਾਇਦਾ ਕੀ ਹੋ ਗਿਆ ਕਾਰ ਨੂੰ ਇਹਨੂੰ? ਵੀਰੇ ਸ਼ੀਟਾਂ ਹੈਵੀ ਹੋ ਜਾਂਦੀਆਂ, ਉਹ ਵਿੰਡੋਜ਼ ਹੈਵੀ ਹੋ ਜਾਂਦੀਆਂ। ਹੁਣ ਆਹ ਚੀਜ਼ ਦੇਖੋ, ਵਾਇਸ ਹੁੰਦੀ ਆ, ਹਾਂ ਆਹ ਤਾਂ ਬੰਦ ਹੋ ਗਿਆ ਜਮਾਂ ਹੀ, ਸਮਾਂ ਬੰਦ ਹੋ ਗਿਆ। ਔਰ ਵਿੰਡੋ ਦੇਖੋ ਕਿੰਨੀ ਹੈਵੀ ਆ, ਹਾਂ ਹਜੇ ਪੱਲਾ ਲੱਗਣਾ ਹੈ, ਹਜੇ ਪੱਲਾ ਲੱਗਣਾ, ਉਹ ਲੱਗੂਗਾ ਤਾਂ ਹੋਰ ਭਾਰੀ ਹੋ ਜੂਗਾ ਇਹ, ਹੈ ਨਾ? ਹਾਂ ਅੱਛਾ, ਇਹਦੇ ਨਾਲ ਇਹਦੇ ਨਾਲ ਬੈਨੀਫਿਟ ਬਹੁਤ ਆ ਬਾਹਰਲੀ, ਜਿਵੇਂ ਹੁਣ ਗਰਮੈਸ਼ ਹੁੰਦੀ ਆ ਉਹ ਅੰਦਰ ਘੱਟ ਆਉਂਦੀ ਆ, ਸਪੀਕਰ ਦੀ ਨੋਇਸ ਵਧੀਆ ਬਣ ਜਾਂਦੀ ਆ, ਧਿਆਨ ਨਾਲ। ਅੱਛਾ, ਸਪੀਕਰ ਦੀ ਨੋਇਸ ਵਧੀਆ ਬਣ ਜਾਂਦੀ ਆ, ਸਪੀਕਰ ਦੀ ਨੋਇਸ ਨਹੀਂ ਸਪੀਕਰ ਦੀ ਆਵਾਜ਼ ਵਧੀਆ ਬਣ ਜਾਂਦੀ, ਬਾਹਰਲੀ ਨੋਇਸ ਘੱਟ ਜਾਂਦੀ ਆ। ਫਲੋਰ ਵੀ ਕਰ ਸਕਦੇ ਆਪਾਂ, ਜੇ ਫਲੋਰ ਵੀ ਕਰ ਸਕਦੇ ਹੋਵੇ, ਹੈ ਨਾ ਜੀ, ਕਸਟਮਰ ਬਜਟ ਚੱਲ ਸਕਦਾ ਤੇ ਆਪਾਂ ਫਲੋਰ ਵੀ ਕਰ ਸਕਦੇ ਆ। ਗੱਡੀ ਦਾ ਭਾਰ ਕਿੰਨਾ ਵੱਧ ਜੂ, ਉਹਨਾਂ ਜੰਮ ਕੇ ਚੱਲੂਗੀ, ਸਵਾਦ ਆ ਜੂਗਾ, ਭਾਰ ਜਿੰਨਾ ਮਰਜ਼ੀ ਹੋਵੇ। ਹੁਣ ਇਹ ਤੇ ਕਈ ਪਿੰਡ ਵਾਲੇ ਕੀ ਕਰੀ ਜਾਂਦੇ, ਬੋਰੀਆਂ ਲੱਦ ਲੱਦ ਲੈ ਕੇ ਜਾਂਦੇ, ਭਾਰ ਤਾਂ ਉਦੋਂ ਵੀ ਵੱਧਦਾ ਹੀ ਆ, ਚੱਲਣ 'ਚ ਕੋਈ ਦਿੱਕਤ ਨਹੀਂ ਆਊਗੀ, ਪਰ ਗੱਡੀ ਜੰਮ ਕੇ ਚੱਲੂਗੀ ਜੇ ਆਪਾਂ ਡੈਂਪਿੰਗ ਕਰਾਉਂਦੇ ਹਾਂ। ਹਾਂਜੀ, ਵੈਸੇ ਕਿਹੜੀਆਂ ਕਾਰਾਂ ਜਿਹਨਾਂ ਨੂੰ ਡੈਂਪਿੰਗ ਦੀ ਲੋੜ ਨਹੀਂ ਪੈਂਦੀ? ਟਾਟਾ ਲੈਂਦੀਆਂ ਹੋ ਗਈਆਂ ਸਾਰੀਆਂ, ਹਾਂ ਬਾਕੀ ਇਨੋਵਾ ਨੂੰ ਤਾਂ ਬਹੁਤ ਪੈਂਦੀ ਆ, ਇਨੋਵਾ ਕ੍ਰਿਸਟਾ ਜਿਹੜੀ ਆਈ ਆ, ਤੁਸੀਂ ਵਿੰਡੋ ਲਾਇਓ ਉਹ ਤਾਂ ਐਂ ਆਵਾਜ਼ ਆਉਂਦੀ ਆ ਜਿਵੇਂ ਤਰਪਾਲ ਛੜਕਦੀ ਹੁੰਦੀ ਆ, ਉਵੇਂ ਆ ਉਹ। ਮੈਂ ਡੈਂਪਿੰਗ ਕੀਤੀ ਸੀ ਇਨੋਵਾ ਪਿੱਛੇ ਜੇ, ਅੱਛਾ ਉਹ ਜਮਾਂ ਵਾਏ, ਮੈਂ ਕਹਿੰਦਾ ਬਾਰੀ ਦੀ ਲਗਜ਼ਰੀ ਗੱਡੀ ਵਾਂਗੂ ਲੱਗਦੀ ਆ। ਟੋਇਟਾ ਦੀਆਂ ਕਾਰਾਂ ਤਾਂ ਭਾਰੀਆਂ ਹੁੰਦੀਆਂ ਯਾਰ, ਉਦਾਂ ਨਹੀਂ, ਉਹਦੀ ਵਿੰਡੋ ਵੀਰੇ ਵੱਡੀ ਆ ਇਨੋਵਾ ਕ੍ਰਿਸਟਾ ਦੀ, ਉਹਦੀ ਚਾਦਰ ਹੀ ਲੱਗੀ ਇਕੱਲੀ ਇੱਥੇ, ਉਹਦੇ ਅੰਦਰ ਕੋਈ ਸਪੋਰਟ ਵਾਲੀਆਂ ਹੈ ਨਹੀਂ ਰਾੜਾਂ, ਅੱਛਾ ਤਾਂ ਕਰਕੇ ਉਹਨੂੰ ਲੋੜ ਪੈਣੀ ਆ। ਹਾਂਜੀ, ਉਹਨੂੰ ਪੈਂਦੀ ਲੋੜ। ਅੱਛਾ ਜੀ, ਇੱਕ ਤਾਂ ਇਹਦੇ ਵਿੱਚ ਆਹ ਸਾਰਾ ਕੁਛ ਲੱਗ ਗਿਆ, ਇਹਦੇ ਵੀਰੇ ਦੇ ਇਹਦੇ ਕਿੰਨਾ ਖਰਚਾ ਆਇਆ ਹੋਊਗਾ ਫਿਰ? ਆਹ ਜਿਹੜੀ ਡੈਂਪਿੰਗ ਦੀ ਇਹਦੇ ਸ਼ੀਟ ਜਿਹੜੀ ਲਾਈ ਆ ਆਪਾਂ 600 ਵਾਲੀ ਲਾਈ ਆ, 700 ਤੋਂ ਇੱਕ ਸ਼ੀਟ ਲੱਗਦੀ, ਇੱਕ ਵਿੰਡੋ 'ਤੇ 2 ਲੱਗ ਜਾਂਦੀਆਂ, 1400 ਰੁਪਇਆ ਇੱਕ ਵਿੰਡੋ 'ਤੇ ਲੱਗ ਗਿਆ, ਇੱਕ ਵਿੰਡੋ 'ਤੇ 2 ਲੱਗ ਜਾਂਦੀਆਂ, ਅਤੇ ਪਿੱਛੇ ਵਾਲੀ 'ਤੇ 1.5 ਲੱਗਦੀ ਆ, ਡਿੱਗੀ 'ਤੇ ਕਈ ਵਾਰੀ 1 ਵੀ ਲੱਗ ਸਕਦੀ, 2 ਵੀ ਲੱਗ ਸਕਦਾ। ਮਤਲਬ ਕਿੰਨਾ ਖਰਚਾ ਆ ਸਕਦਾ ਇੱਕ? ਮੰਨ ਕੇ ਚੱਲੋ 5,500-6,000 ਤੱਕ ਡੈਂਪਿੰਗ ਦੀ ਬਜਟ 'ਚ ਹੀ, ਹਾਂ ਬਜਟ 'ਚ ਬਹਿੰਦਾ। ਬਾਕੀ ਇਹ ਚੀਜ਼ ਦਾ ਸੋਖਿਆ ਚੱਲ, ਟਾਟਾ ਦੀਆਂ ਕਾਰਾਂ ਭਾਰੀਆਂ, ਮੇਰੇ ਕੋਲ ਟਾਟਾ ਦੀ ਆ ਵੀਰੇ, ਇਹਦੇ ਨਾਲ ਉਹਨੂੰ ਕੂਲਿੰਗ ਦਾ ਬਹੁਤ ਫਰਕ ਪੈਂਦਾ। ਆਪਾਂ ਟਾਟਾ ਦੀ ਕਾਰ ਨੂੰ, ਮੇਰੇ ਵਾਲੀ ਨੂੰ ਡੈਂਪ ਕੀਤਾ ਸੀ, ਮੇਰੇ ਕੋਲ ਟਿਆਗੋ ਆ, ਉਹ ਗੱਡੀ ਨੂੰ ਸੁੱਖ ਪਤਾ ਕੀ ਹੋ ਗਿਆ, ਆਪਾਂ ਕਾਰ ਦੇ ਬਾਹਰ ਖੜ੍ਹੇ ਹਾਂ, ਆਪਾਂ ਤਾਂ ਕਿ ਸਿਰਫ ਹਲਕੀ ਜਿਹੀਆਂ ਛੱਡਦੇ ਸੀਗੇ, ਉਹਨੇ ਲੱਗ ਜਾਣਾ ਆਹਦੇ ਲਾਈ 'ਚ, ਹਜੇ ਫਰਕ ਆ, ਉਹ ਤਾਂ ਵੀ ਲੱਗ ਜਾਂਦੀ ਆ। ਪਤਾ ਕਿ ਫਰਕ ਕਿਉਂ ਆ? ਇਹ ਹਜੇ ਆਪਾਂ ਪੂਰੀ ਬਾਰੀ ਨਹੀਂ ਨਾ ਬੰਦ ਨਹੀਂ ਹੋਈ, ਆਹ ਚੀਜ਼ ਨਹੀਂ ਲੱਗੀ ਤਾਂ ਕਰਕੇ, ਅਤੇ ਉਹ ਇੱਦੀ ਛੱਡਣਾ ਉਹਨੇ ਬੰਦ ਹੋ ਜਾਣਾ ਜਿੱਦਾਂ ਹੋ ਗਈ। ਦੂਜਾ
ਉਹ ਕਾਰ ਦਾ ਮਿਊਜ਼ਿਕ ਸਿਸਟਮ ਦਾ ਐਕਸਪੀਰੀਅੰਸ ਇੰਨਾ ਕੁ ਵਧੀਆ ਹੋ ਗਿਆ ਡੈਂਪਿੰਗ ਕਰਨ ਦੇ ਨਾਲ ਕਿ ਸਵਾਦ ਆਉਂਦਾ ਸਾਰੇ ਹੀ ਕਹਿੰਦੇ ਮੈਨੂੰ। ਹਾਂ ਤੇ ਤੀਜਾ ਬੂਫਰ ਦੀ ਲੋੜ ਨਹੀਂ ਪੈਂਦੀ। ਹਾਂ ਤੇ ਤੀਜੀ ਇੱਕ ਹੋਰ ਚੀਜ਼ ਹੋਈ ਆ, ਜੇ ਗੱਡੀ ਮੰਨ ਲਾ ਐਡਾ ਟੇਢੀ ਖੜੀ ਆ, ਇੱਧਰ ਨੂੰ ਗੱਡੀ ਟੇਢੀ ਹੋ ਕੇ ਖੜੀ ਆ ਤਾਂ ਪਰਲਾ ਪਾਸਾ ਉੱਚਾ, ਤੇ ਜਿਹੜਾ ਬੰਦਾ ਖੱਬੀ ਸੀਟ ਤੇ ਬੈਠਾ ਜੇ ਉਹਨੂੰ ਤਾਕੀ ਖੋਲਣੀ ਪੈ ਜਾਏ ਨਾ ਤਾਂ ਲੱਤਾਂ ਨਾਲ ਹੀ ਖੋਲਣੀ ਪੈਂਦੀ, ਹੱਥਾਂ ਨਾਲ ਨਹੀਂ ਖੋਲਦੀ, ਭਾਰੀਆਂ ਬਹੁਤ ਹੋ ਜਾਂਦੀਆਂ, ਭਾਰੀਆਂ ਤਾਕੀਆਂ ਇੰਨੀਆਂ ਹੋ ਜਾਂਦੀਆਂ ਆ। ਮੈਨੂੰ ਬਹੁਤ ਫੋਨ ਆਉਂਦੇ ਵੀਰੇ ਯਾਰ ਬਾਰੀਆਂ 'ਚ ਆਵਾਜ਼ ਆਉਂਦੀ ਆ, ਚੜ ਚੜ ਜਿਹੜੀ ਹਟਦੀ ਗੀ ਉਹ ਡੈਂਪਿੰਗ ਹੀ ਹਟਾਉਂਦੀ ਆ। ਦੂਜਾ ਗੱਡੀ ਰੋਡ 'ਤੇ ਚੱਲਦੀ ਜੰਮ ਕੇ ਅਤੇ ਬਾਹਰੋਂ ਰੌਲਾ ਨਹੀਂ ਆਉਂਦਾ, ਨਹੀਂ ਆਉਂਦਾ। ਅਬ ਮੈਂ ਸਕਾਰਪੀਓ ਲੈ ਕੇ ਆਇਆ, ਸੋ ਹਵਾ ਦੀ ਆਵਾਜ਼ ਆਉਂਦੀ ਆ। ਹਾਂ ਹੈ ਮੈਂ ਕੱਲ੍ਹ ਦੀ ਚਲਾਉਂਦਾ ਪਿਆ ਸਕਾਰਪੀਓ ਦੇ, ਇੱਦਾਂ ਆਵਾਜ਼ ਆਉਂਦੀ ਆ ਸਾਈਡਾਂ ਤੋਂ ਕਿ ਹਾਂ ਪਤਾ ਨਹੀਂ ਕਿੱਥੋਂ ਹਵਾ। ਜਦੋਂ ਹੁਣ ਤੁਸੀਂ ਅੰਦਰ ਆਏ ਸੀ ਮੈਂ ਵੇਖ ਕੇ ਕਹਿੰਦਾ ਗੱਡੀ ਬਣੀ ਹੋਈ ਆ, ਸਹੀ ਨਹੀਂ ਬਣੀ। ਹਾਂ ਅਤੇ ਉਹਦੇ ਅੰਦਰ ਹਵਾ ਆਉਂਦੀ ਕਿਸੇ ਪਾਸੇ, ਪਰ ਆਪਣੇ ਵਾਲੀ ਤਾਂ ਇੱਦਾਂ ਆ ਕਿ ਆਪਾਂ ਰੋਡ 'ਤੇ ਚਲਾਉਂਦੇ ਸਾਨੂੰ ਪਤਾ ਨਹੀਂ ਲੱਗਦਾ। ਗੱਡੀ 120 'ਤੇ ਆ, ਗੱਡੀ 140 'ਤੇ ਆ, ਗੱਡੀ 170 'ਤੇ ਵੀ ਲਾ ਕੇ ਦੇਖ ਲਈ, ਹਾਂਜੀ ਹਾਂਜੀ, ਅੰਦਰ ਰੌਲਾ ਨਹੀਂ ਆਉਂਦਾ। ਡੈਂਪਿੰਗ ਦਾ ਇੱਕ ਸੁੱਖ ਬਹੁਤ ਫਾਇਦਾ, ਡੈਂਪਿੰਗ ਦਾ ਗਰਮੀ 'ਚ ਬਹੁਤ ਫਾਇਦਾ, ਗੱਡੀ ਵਧੀਆ ਕੂਲਿੰਗ ਕਰਦੀ ਆ, ਫਾਲਤੂ ਗਰਮੈਸ਼ ਨਹੀਂ ਅੰਦਰ ਆਉਂਦੀ। ਫਾਇਦਾ ਹਾਂ। ਤੇ ਇਹਦਾ ਤਾਂ ਨਹੀਂ ਕੋਈ ਲਾਈਫ ਲੂਫ ਹੁੰਦੀ ਡੈਂਪਿੰਗ ਦੀ? ਇੱਕ ਵਾਰੀ ਲਾ ਦੇ, ਡੈਂਪਿੰਗ ਇੱਕ ਵਾਰੀ ਲਾ ਤੇ ਫਿਰ ਨਹੀਂ ਇਹ ਲੱਥ ਦੇ, ਲੱਥਣੀ ਨਹੀਂ ਨਾ, ਤੇ ਮਤਲਬ ਹੀਟ ਤੋਂ ਬਿਨਾਂ ਨਹੀਂ ਲੱਥਦੀ। ਜੇ ਕੱਲ ਨੂੰ ਤਾਕੀ ਤੋਂ ਕੋਈ ਤਕੜਾ ਡੈਂਟ ਪੈ ਗਿਆ ਬਾਹਲਾ ਹੀ ਡੂੰਘਾ, ਹੀਟ ਤੋਂ ਬਿਨਾਂ ਲੱਥਣੀ ਨਹੀਂ। ਹੀਟ ਪਹਿਲਾਂ ਡੈਂਟਰ ਹੀਟ ਗਨ ਨਾਲ ਯੂਜ਼ ਕਰਕੇ ਗਰਮ ਕਰਕੇ ਲਾਉਣਗੇ, ਲੱਥ ਜੂਗੀ ਈਜ਼ਲੀ ਲੱਥ ਜਾਂਦੀ ਹੈ, ਕੋਈ ਦਿੱਕਤ ਨਹੀਂ ਗੀ, ਪਰ ਲਾਉਣ ਦਾ ਹਿਸਾਬ ਹੋਣਾ ਚਾਹੀਦਾ। ਤੇ ਗੱਲਬਾਤ ਇਹ ਹੈ ਮਿੱਤਰੋ ਕਿ ਜੇ ਤਾਂ ਭਾਈ ਕਿਸੇ ਨੇ ਇਹ ਕੰਮ ਕਰਾਉਣਾ, ਇਕੱਲਾ ਇਹੀ ਕੰਮ ਨਹੀਂ ਇਹ ਕਰਦਾ, ਕਿਸੇ ਨੇ ਬੁਲਟ ਆਪਦਾ ਕਰਾਉਣਾ, ਸੈਰਮਿਕ ਕੋਟਿੰਗ ਬਣੀ, ਬੁਲਟ ਕਿੰਨੇ 'ਚ ਹੁੰਦਾ ਹੋਊਗਾ? ਬੁਲਟ 4500-5000 'ਚ, ਜਿੱਦਾਂ ਹੁਣ ਜਿਹੜੇ ਬੁਲਟਾਂ ਦਾ ਤਾਂ ਬਹੁਤ ਜ਼ਿਆਦਾ ਰਸ਼ ਆ। ਆਹ ਹਫ਼ਤਾ ਹੁਣ ਆਪਾਂ ਗੱਡੀਆਂ ਫੜੀਆਂ, ਅਗਲੇ ਹਫ਼ਤੇ ਆਪਣੇ ਕੋਲ ਬੁਲਟ ਹੀ ਆਉਣੇ ਆ, ਬੁਕਿੰਗ ਜੀ ਉਸ ਹਿਸਾਬ ਨਾਲ ਚੱਲ। ਹੁਣ ਜਿਹੜੇ ਨਾ NRI ਭਰਾ ਦੇਖਦੇ ਆ ਮੈਨੂੰ, ਹੁਣ ਆਪਣੇ ਜ਼ਿਮੀਂਦਾਰਾਂ ਨੂੰ ਜਾਂ ਜਿਹੜੇ NRI ਭਰਾ ਉਹਨਾਂ ਨੂੰ ਸ਼ੌਂਕ ਆ ਯਾਰ ਮੈਂ ਟਰੈਕਟਰ ਬਾਹਰ ਲੈ ਕੇ ਆਉਣਾ, ਮੈਂ ਬੁਲਟ ਬਾਹਰ ਲੈ ਕੇ ਆਉਣਾ, ਕੰਟੇਨਰ 'ਚ ਪਾ ਕੇ ਲਿਜਾਣਾ ਪੈਂਦਾ, ਉਹਨੂੰ ਜਦੋਂ ਆਪਾਂ ਇਸ ਤੋਂ ਕੋਟ ਕਰਕੇ ਭੇਜਾਂਗੇ ਨਾ, ਅਤੇ ਉਹਦੀ ਲਾਈਫ 10 ਸਾਲ ਹੋਰ ਵੱਧ ਗਈ, ਚਮਕੀ ਬਹੁਤ ਜ਼ਿਆਦਾ ਚਮਕੀ, ਇੰਨੀ ਆ ਤੁਹਾਨੂੰ ਐਂ ਲੱਗਣਾ ਜਿਵੇਂ ਏਜੰਸੀ ਉਹ ਕਢਾ ਕੇ ਲੈ, ਏਜੰਸੀ ਨਾਲੋਂ 40%। ਹੁਣ ਮੇਰੇ ਵਾਲਾ ਬੁਲਟ ਆ, ਤੁਸੀਂ ਜਦੋਂ ਮੈਂ ਜਦੋਂ ਲੈ ਕੇ ਸੀ ਤੁਸੀਂ ਘਰੇ ਆਏ ਸੀ, ਉਦੋਂ ਕੀ ਹਾਲ ਸੀਗਾ? ਮੈਂ ਆਪਦੇ ਵਾਲਾ ਬੁਲਟ ਤਾਂ ਟੱਕਰਾਂ ਟੁੱਕਰਾਂ ਮਾਰ ਕੇ PPF ਕਰ ਲਿਆ, ਪਰ ਕਸਟਮਰ ਨਹੀਂ PPF ਵਾਸਤੇ ਬਜਟ ਕਰ ਇੰਨਾ ਝੱਲ ਸਕਦਾ। PPF ਹੋ ਜਾਂਦੀ ਆ, ਉਹਦਾ ਆਈ ਜਾਊਗਾ ਖਰਚਾ 20-25 ਹਜ਼ਾਰ ਤਾਈਂ। PPF ਦਾ ਰੋਲ ਹੀ ਬਹੁਤ ਮਹਿੰਗਾ। PPF ਤੇ ਸਿਰੇਮਿਕ 'ਚ ਫਰਕ ਕੀ ਹੈ ਜੇ ਮੋਟਰਸਾਈਕਲ PPF ਦੇ? ਐਂ ਜਿਵੇਂ ਮਰਜ਼ੀ ਕੜੇ ਕੁੜੇ ਮਾਰੀ ਚੱਲੋ, ਮੈਂ ਕਹਿੰਦਾ ਖਰਾਬ ਹੀ ਨਹੀਂ ਹੁੰਦੀ, ਸ਼ਾਈਨ ਵੀ ਉਵੇਂ ਰਹੂਗੀ। ਆਮ ਤੁਸੀਂ ਨੋਰਮਲ ਗ੍ਰਾਫਿਕ ਵਾਲੇ ਵੇਖੇ ਹੋਣੇ, ਉਹ ਤਾਂ ਉਹ ਦੂਜੀ ਲਾਉਂਦੇ ਨੇ। ਹਾਂ ਉਹ TPH ਹੁੰਦੀ ਆ, ਆਪਾਂ TPU ਵਰਤੀ ਦੀ ਆ ਜਿਹੜੀ। ਉਹਦਾ ਖਰਚਾ ਕਿੰਨਾ ਸੀਗਾ? ਕਿਹਦਾ? ਇਹਦਾ ਬੁਲਟ ਦੇ ਉੱਪਰ PPF ਸੈਰਾਮਿਕ ਦਾ ਨਹੀਂ, PPF ਦਾ? PPF ਵੀਰੇ ਆਈ ਜਾਊਗਾ ਮੰਨ ਕੇ ਚਲੋ 20-25 ਹਜ਼ਾਰ ਦੇ ਵਿੱਚ ਵਿੱਚ। ਪਰ ਐਂ ਆ 20-25 ਹਜ਼ਾਰ ਦੇ ਵਿੱਚ ਇੱਕ ਸੇਫਟੀ ਆ, ਕੰਟੇਨਰ ਦੇ ਵਿੱਚ ਲੋਡ ਕਰਕੇ ਬੁਲਟ ਬਾਹਰ ਜਾਣਾ, ਪੇਟੀ ਬੰਦ ਹੋ ਕੇ ਜਾਣਾ, ਜਿੰਨਾ ਟਾਈਮ ਉੱਤੇ ਚਿੱਬ ਨਹੀਂ ਨਾ ਪੈਂਦਾ ਬੁਲਟ 'ਤੇ ਕਿਸੇ ਚੀਜ਼ 'ਤੇ, PPF ਨਹੀਂ ਹੈਲਦੀ, ਕੋਈ ਡਰ ਨਹੀਂ ਤੁਹਾਨੂੰ ਕਿ ਯਾਰ ਇਹਦੇ 'ਚ ਝਰੀਟਾ, ਜਿਵੇਂ ਮਰਜ਼ੀ ਕੜੇ ਮਾਰੀ ਚੱਲੋ, ਗੰਦਾ ਕੱਪੜਾ ਵੀ ਮਾਰੀ ਚੱਲੋ, PPF ਨਹੀਂ ਖਰਾਬ ਹੋਊਗੀ, ਧੁੱਪੇ ਖੜ ਗਏ ਸਕਰੈਚ ਉੱਡ ਜਾਣਗੇ। ਹਾਂ ਜਿਵੇਂ ਆਪਾਂ ਪਿੱਛੇ ਜਿਹਾ MG ਹੈਕਟਰ 'ਤੇ ਕੀਤੀ ਸੀਗੀ ਕਾਲੀ 'ਤੇ, ਉਹ ਕੱਲ੍ਹ ਮੇਰੇ ਕੋਲ ਆਈ ਆ ਬਾਈ, ਕੱਲ੍ਹ ਕਹਿੰਦਾ ਵੀ ਮੈਂ ਕਹਿੰਦਾ ਬਾਹਰ ਜਾਣਾ ਵਾ ਗੱਡੀ, ਕਹਿੰਦਾ ਇੱਕ ਵਾਰੀ ਕਰ ਦਿਉ ਸਾਰੀ ਓਕੇ, ਉਹ ਸਾਰੀ ਗੱਲ ਓਕੇ ਕੀਤੀਆਂ, ਹੁਣ ਅਗਲੀ ਜਨਵਰੀ 'ਚੋਂ ਫਿਰ ਲੈ ਕੇ ਆਉਣਗੇ, ਅਤੇ ਉਹਦੀ ਸ਼ਾਈਨ ਉਵੇਂ ਪਈ ਸੀ MG ਹੈਕਟਰ ਦੀ। ਇੱਕ ਚੀਜ਼ ਹੋਰ ਤੁਹਾਨੂੰ ਦੱਸਦੇ ਹਾਂ, ਵਿੱਕੀ ਮੋਹਰੇ ਲਾ ਦੀਏ ਇਹ ਵੀਡੀਓ ਚੱਕ ਕੇ, ਜਿਹੜੇ ਭਰਾ ਬੁਲਟਾਂ ਦੇ ਸ਼ੌਂਕੀ ਆ, ਜਿਹਨਾਂ ਨੂੰ ਐਂ ਆ ਯਾਰ ਬਾਹਰ ਬੈਠੇ ਆ, ਬੁਲਟ ਨਹੀਂ ਲੱਭਦਾ, ਮੈਂ ਇੰਡੀਆ ਆ ਕੇ ਬੁਲਟ ਚਲਾਉਣਾ ਆ, ਪੁੱਠੇ ਗੇਰ ਵਾਲਾ ਲੱਭਦਾ ਨਹੀਂ ਪਿਆ, ਲੱਭ ਕੇ ਤਿਆਰ ਕਰਾ ਕੇ ਦੇਣ ਦੀ ਜ਼ਿੰਮੇਵਾਰੀ ਬਣੀ ਦੀ ਕਰਦਾ, ਇਹ ਵੀ ਕੰਮ ਬਣੀ ਕਰਦਾ।
ਹੈ ਓਕੇ ਕਰ ਲਾਂਗੇ, ਰੰਗ ਕਰਕੇ ਸਾਰਾ ਨਿਕਲ ਨੁਕਲ ਜੋ ਹੈਗਾ ਬਫਿੰਗ ਬੁਫਿੰਗ ਕਰਕੇ ਇੰਜਣ ਏ ਟੂ ਜੈਡ ਕਰਕੇ ਸਰੈਵੀ ਕੋਟਿੰਗ ਕਰਕੇ ਰੰਗ ਰੁੰਗ ਕਰਕੇ ਮਤਲਬ ਕੰਪਲੀਟ ਏ ਟੂ ਜੈਡ, ਕੱਲੀ ਕੱਲਾ ਕੱਲਾ ਨਟ ਕੱਲੀ ਕੱਲੀ ਵਾਸ਼ਰ ਕੱਲਾ ਕੱਲਾ ਕੰਮ, ਬੁਲਟ ਦੀ ਸੈਰਾਮਿਕ ਕੋਟਿੰਗ ਡਿਟੇਲਿੰਗ ਜਿਵੇਂ ਕਹਿ ਦਈਏ ਸ਼ੁਰੂ ਹੀ ਆਪਾਂ ਕੀਤੀ ਸੀ 4 ਸਾਲ ਹੋ ਗਏ, ਹੁਣ ਤਾਂ ਭੇਡ ਚਾਲ ਸ਼ੁਰੂ ਹੋ ਗਈ ਆ, ਆਮ ਸਾਰੇ ਹੁਣ ਡਿਟੇਲਿੰਗ ਵਾਲੇ ਵੇਖ ਵੇਖ ਕੇ ਕਰ ਰਹੇ ਆ। ਮੈਂ ਸਭ ਤੋਂ ਪਹਿਲਾਂ ਗਾਰਡ ਕੱਢੀ ਸੀ ਆਪਣੇ ਬੁਲਟ ਤੇ, ਬੁਲਟ ਦੀ ਇਹਨੂੰ ਬੁਲਟ ਦਾ ਕੀੜਾ ਹੈਗਾ ਪੁਰਾਣਾ ਥੋੜਾ ਜਿਹਾ, ਤੇ ਸਾਰਾ ਕੁਝ ਬੁਲਟ ਦਾ ਕਰਕੇ ਦਵਾਂਗੇ, ਬਫਿੰਗ ਵਗੈਰਾ ਏ ਟੂ ਜੈਡ ਹੋਊਗੀ, ਪੇਂਟਡ ਪਾਰਟ ਤੇ ਸੈਰਾਮਿਕ ਹੋਊਗੀ, ਸ਼ੀਸ਼ਾ ਬਣਾ ਦੂ ਜੇ ਮੂੰਹ ਨਾ ਦਿਸਣ ਲਾਤਾ 1 ਰੁਪਈਆ ਨਹੀਂ ਲਵਾਂਗੇ। ਤੇ ਆਹ ਗੱਲ ਸਭ ਤੋਂ ਪਹਿਲਾਂ ਚੱਕ ਕੇ ਲਾ ਦੇ ਕਿ ਬੁਲਟ ਕਿਸੇ ਨੂੰ ਚਾਹੀਦਾ ਬਾਹਰ ਐਨਆਰਈ ਭਰਾ ਨੂੰ ਲੱਭ ਕੇ ਰੰਗ ਕਰਕੇ ਇੰਜਣ ਕਰਕੇ ਤਿਆਰ ਕਰਕੇ ਕੋਟਿੰਗ ਕਰਕੇ ਸਾਰਾ ਕੁਝ ਕਰਕੇ ਸਿਰਾ ਲਾ ਦਾਂਗੇ, ਸਿਰਾ ਲਾ ਕੇ ਤੇ ਦਊਗਾ ਆਪਣਾ ਬਣੀ ਹੈ। ਅਤੇ ਬਾਕੀ ਮਿੱਤਰੋ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਲੱਗੀ ਹੋਊਗੀ ਵਧੀਆ। ਹੁਣ ਦੱਸੋ ਆਉਣਾ ਕਿੱਥੇ ਆ, ਆਉਣਾ ਮੈਂ ਦੱਸ ਦਿੰਦਾ, ਬਾਘਾ ਪੁਰਾਣਾ ਨਿਹਾਲ ਸਿੰਘ ਵਾਲਾ ਰੋਡ, ਅਤੇ ਆਹ ਮੂਹਰੇ ਪੰਪ ਆ, ਆਹ ਮੂਹਰੇ ਦੀ ਵਰਕਸ਼ਾਪ ਆ, ਅਤੇ ਆਹ ਇੱਥੇ ਅਸੀਂ ਹਾਂ, ਅਤੇ ਆਹ ਇੱਥੇ ਬਾਗੇ ਪੁਰਾਣੇ ਵਾਲੇ ਮੇਨ ਚੌਂਕ ਤੋਂ ਨਿਹਾਲ ਸਿੰਘ ਵਾਲੀ ਸਾਈਡ ਆਉਣਾ ਆਪਾਂ ਸਿਰਫ ਕਿਲੋਮੀਟਰ ਕਿਲੋਮੀਟਰ 'ਤੇ, ਅਤੇ ਬਾਕੀ ਨੰਬਰ ਸਕਰੀਨ 'ਤੇ ਦੇਖਦੇ ਆ ਮਿੱਤਰੋ, ਅਤੇ ਬਾਕੀ ਤੁਹਾਡੇ ਕੰਮ ਆ ਜੇ ਵੀਡੀਓ, ਤੁਹਾਡਾ ਸਾਰਿਆਂ ਦਾ ਹੈ ਸਮਾਂ ਦੇ ਲਈ ਧੰਨਵਾਦ, ਅਤੇ ਸਾਰਾ ਧੰਨਵਾਦ।